हड़ताल से बैठाए किताए और दसा बोल पगौने ने आ जाओ वाहेगुरु जी का खालसा वाहेगुरु जी की फतेह। असी पहुंचे हाँ जलंधर शहर के जिथे कि सिंघा वाल अज 31 तरीक 31 मई की तरीक है इतने गड्डिया रोकिया जाने हैं उत्थे मेरे नाल खड़े हैं भाई बलवीर सिंह जी। सब तो पहला फतेह सांझ पाऊंगा वाहेगुरु जी का खालसा वाहेगुरु जी का खालसा वाहेगुरु जी की फतेह। जो संत महापुरुष बापू सूरता सिंह जी खालसा जिन्होंने बहुत लंबा संघर्ष से कौम नूं जागत लिआउण वास्ते कि ये जो अंग्रेज नीति नाल सरकार क्योंकि पहला भी पंजा साहब का इतिहास आपां नूं अगवाई दिंदा है जिथे सिंघां ने गुरु का लंगर छकाउण वास्ते ट्रेन रोकण का यतन किया ना ट्रेन रोकी सिंघां ने बच्चियां ने बीबियां ने अगे हो के अपने सिर दे करके जदों ट्रेन रोक करके प्रशादा छकाया टीटी बहुत हैरान होया जदों अंग्रेज सरकार सी कि ਇਹ ਜਾਂ ਤਾਂ ਕਿਸੇ ਸਟੇਸ਼ਨ ਦੇ ਟੀਟੀ ਮਾਸਟਰ ਨੇ ਰੋਕੀ ਹੈ ਕਿ ਇਹ ਮੈਂ ਰੋਕਣ ਦਾ ਯਤਨ ਹੀ ਸਿੰਘਾਂ ਦੇ ਵਿੱਚ ਇੰਨਾ ਬਲ ਤੇ ਇੰਨਾ ਪਾਵਰ ਸੀ ਸਤਿਗੁਰ ਕਿਰਪਾ ਕੀਤੀ ਟ੍ਰੇਨ ਰੁਕ ਗਈ ਪ੍ਰਸ਼ਾਦਾ ਛਕਾਇਆ ਅੱਜ ਫਿਰ ਬਾਪੂ ਸੂਰਤਾ ਸਿੰਘ ਜੋ ਸੰਘਰਸ਼ ਨੂੰ ਲੈ ਕੇ ਤੁਰੇ ਨੇ ਜਲੰਧਰ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਬਹੁਤ ਪਿਆਰ ਵਾਲੇ ਸਿੰਘ ਤਿਆਰ ਪਰ ਤਿਆਰ ਅੱਜ ਆਪਣੇ ਹੱਕਾਂ ਨੂੰ ਲੈਣ ਵਾਸਤੇ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਨ ਕਿ ਬਾਦਲ ਸਰਕਾਰ ਨੇ ਜੇ ਇਦਾਂ ਦੀਆਂ ਨੀਤੀਆਂ ਰੱਖੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਮਾਂ ਆ ਰਿਹਾ ਭਿਆਨਕ ਆਉਣਾ ਹੈ ਉਹਨੂੰ ਜਾਗ ਪੈਣਾ ਚਾਹੀਦਾ ਹੈ। ਉਹ ਸੁੱਤਾ ਨਹੀਂ ਉਹ ਤਮਾਸ਼ਾ ਵੇਖ ਰਿਹਾ ਹੈ ਪਰ ਇਹ ਸਿੱਖਾਂ ਦੇ ਜਿਹੜੇ ਜਜ਼ਬੇ ਹਨ ਜਾਂ ਕਾਨੂੰਨ ਹਨ ਇਹਨਾਂ ਨੂੰ ਨਾ ਖਰਾਬ ਕੀਤਾ ਜਾਵੇ ਸਿੰਘਾਂ ਨੂੰ ਰਿਹਾਈ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਤੁਰੰਤ ਰਿਹਾ ਕਰਕੇ ਘਰਾਂ 'ਚ ਭੇਜਿਆ ਜਾਵੇ। ਅਸੀਂ ਕਦੀ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਕਾਨੂੰਨ ਨੂੰ ਹੱਥਾਂ 'ਚ ਲੈਣਾ ਨਹੀਂ ਚਾਹੁੰਦੇ ਇਹ ਸਰਕਾਰ ਸਾਡੇ ਕੋਲੋਂ ਜ਼ਬਰਦਸਤੀ ਕਰਵਾ ਰਹੀ ਹੈ ਅਸੀਂ ਇਹ ਕਰਨਾ ਨਹੀਂ ਚਾਹੁੰਦੇ। ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੱਲ ਕੇ ਅੱਜ ਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਜ ਸਰਕਾਰ ਨੂੰ ਆਪਣੇ ਹੱਕਾਂ ਨੂੰ ਨਾਲ ਹੱਕਾਂ ਨੂੰ ਲੈਣ ਵਾਸਤੇ ਇਹ ਸਟੇਸ਼ਨ 'ਤੇ ਪਹੁੰਚੇ ਹਨ ਜਿਨ੍ਹਾਂ ਨੇ ਅੱਜ ਟ੍ਰੇਨ ਰੋਕੀ ਹੈ। ਅਗਲਾ ਪ੍ਰੋਗਰਾਮ ਵੀ ਜੇਕਰ ਇਹ ਜੇ ਬਾਦਲ ਸਰਕਾਰ ਨੇ ਸਿੰਘ ਰਿਹਾ ਨਾ ਕੀਤੇ ਜਿਹੜੇ ਅਗਲੇ ਪ੍ਰੋਗਰਾਮ ਲੀਕੇ ਜਾਣਗੇ ਉਹ ਏਦਾਂ ਅਮਨ ਸ਼ਾਂਤੀ ਨਾਲ ਨਹੀਂ ਲੀਕੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪੰਥਕ ਇਕੱਠ ਬਾਪੂ ਸੂਰਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇੱਕ ਕੌਮੀ ਸੰਘਰਸ਼ ਆਰੰਭਿਆ ਹੋਇਆ ਜੋ ਕਿ ਇੱਕ ਪੰਥਕ ਸੰਘਰਸ਼ ਹੈ ਸਾਡੇ ਜਿਹੜੇ ਨੌਜਵਾਨ ਸਾਡੇ ਵੀਰ ਸਾਡੇ ਬਜ਼ੁਰਗ ਲੰਬੀਆਂ ਸਜ਼ਾਵਾਂ ਭੁਗਤ ਕੇ ਵੀ ਆਪਣੀਆਂ ਕੋਰਟ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਵਾਸਤੇ ਸੰਘਰਸ਼ ਆਰੰਭਿਆ ਹੋਇਆ। ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਸੰਘਰਸ਼ ਵਿੱਚ ਸਾਥ ਦੇ ਰਹੀਆਂ ਨੇ। ਹੋਰ ਵੀ ਜੋ ਜਥੇਬੰਦੀਆਂ ਨੇ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਹੈ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਸੰਘਰਸ਼ ਨੂੰ ਅੱਗੇ ਤੋਰੀਏ। ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਸ ਮੌਕੇ ਨੂੰ ਸੰਭਲੋ ਜੇ ਬਾਅਦ ਵਿੱਚ ਕੋਈ ਮਾਹੌਲ ਵਿਗੜਿਆ ਇਹਦੇ ਵਾਸਤੇ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਇਸ ਲਈ ਸਾਰੇ ਜਥੇਬੰਦੀਆਂ ਦਾ ਧੰਨਵਾਦ ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਸਾਥ ਜਿਹੜਾ ਸੰਘਰਸ਼ 'ਚ ਦਿਓ। ਇੱਥੇ ਬਾਬਾ ਦਲੇਰ ਸਿੰਘ ਜੀ ਖੇੜੀ ਵਾਲੇ ਬਲਜੀਤ ਸਿੰਘ ਦਾਦੂ ਵਾਲੇ ਹੋਰ ਵੱਖ ਵੱਖ ਅਕਾਲੀ ਦਲ ਜਥੇਬੰਦੀਆਂ ਬਾਬਾ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ ਸਾਰੀਆਂ ਜਥੇਬੰਦੀਆਂ ਪਹੁੰਚ ਕੇ ਇਹਦੇ ਵਿੱਚ ਯੋਗਦਾਨ ਦੇ ਰਹੀਆਂ ਨੇ ਔਰ ਸਾਰਿਆਂ ਦਾ ਫਰਜ਼ ਹੈ ਪਾਰਟੀਆਂ ਦਾ ਵੀ ਕਿ ਆਪਸੀ ਮਤਭੇਦ ਭੁਲਾਓ। ਬਾਬਾ ਸੁਖਵਿੰਦਰ ਸਿੰਘ ਜੀ ਸਤਿਕਾਰ ਸਭਾ ਵਾਲੇ
होर भाई अमरीक सिंह जी सारी जथेबंदियां साथ दे रही ने नाल जिहड़ियां इत्थे जथेबंदियां तक नाल नहीं चलियां सारियां नूं इकट्ठे होकर चलना चाहिए है ताकि इन्हां सरकारां दी नींद खुले इन्हां नूं पता लगे कि सिख कौम जिहड़ी है वह संघर्ष कर रही है अपने हक्कां दी खातर जे किते इस गल वल ध्यान ना दिता गया इहदे होण वाले नतीजियां दी जिम्मेवार सरकारां पंजाब सरकार ते केंद्र सरकार होणगियां। वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਪਿਛਲੇ 134-135 ਦਿਨਾਂ ਤੋਂ ਬਾਬਾ ਸੂਰਤ ਸਿੰਘ ਜੀ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭੁੱਖ ਹੜਤਾਲ 'ਤੇ ਬੈਠੇ ਨੇ। ਉਸੇ ਸੰਘਰਸ਼ ਨੂੰ ਅੱਗੇ ਤੇਜ਼ ਕਰਦੇ ਹੋਏ ਅੱਜ ਰੇਲਾਂ ਰੋਕਣ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸੰਤ ਮਹਾਂਪੁਰਖ ਸਾਰੇ ਪਹੁੰਚੇ ਨੇ ਜਿਸ ਦਾ ਭਰਪੂਰ ਸਮਰਥਨ ਕੀਤਾ ਗਿਆ। ਇਹ ਜੋ ਸਰਕਾਰਾਂ ਸੈਂਟਰ ਸਰਕਾਰ ਹੈ ਬਾਦਲ ਸਰਕਾਰ ਹੈ ਜੋ ਕਿ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਨੇ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਸਾਡੇ ਮਹਾਂਪੁਰਖ ਕਮੇਟੀਆਂ ਲੈਣਾਂ ਦੇ ਉੱਤੇ ਬੈਠੇ ਨੇ ਤਾਂ ਕਿ ਉਹਨਾਂ ਦੀ ਜਾਗ ਖੁੱਲ੍ਹ ਜਾਵੇ ਅਤੇ ਬਾਬਾ ਸੂਰਤ ਸਿੰਘ ਜੀ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਬਾਦਲ ਸਰਕਾਰ ਦੀ ਹੋਵੇਗੀ। ਇਹ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਸਰਕਾਰਾਂ ਨੂੰ ਜੋ ਕਿ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਸਕੇ ਤਾਂ ਕਿ ਉਹ ਜਿਹੜੀ ਉਹਨਾਂ ਦੀ ਬਚਦੀ ਜ਼ਿੰਦਗੀ ਹੈ ਆਪਣੇ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਗੁਜ਼ਾਰ ਸਕਣ। ਇਹ ਬੇਨਤੀਆਂ ਨੇ ਸਾਡੀਆਂ ਸਰਕਾਰਾਂ ਦੇ ਅੱਗੇ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਸਭਨਾਂ ਦਾ ਧੰਨਵਾਦ ਕੀਤਾ ਜਾਂਦਾ ਜਿਵੇਂ ਕਿ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਵੱਲੋਂ ਵੀ ਜਥਾ ਪਹੁੰਚਿਆ। ਸਾਡੇ ਸੰਤ ਬਾਬਾ ਦਲੇਰ ਸਿੰਘ ਜੀ ਖਾਲਸਾ ਜੋ ਕਿ ਸੇਵਾ ਦਲ ਦੇ ਮੁਖੀ ਨੇ ਉਹਨਾਂ ਵੱਲੋਂ ਵੀ ਅਸੀਂ ਜਥਾ ਲੈ ਕੇ ਹਾਜ਼ਰ ਹੋਏ ਹਾਂ। ਬਾਬਾ ਸੁਖਵਿੰਦਰ ਸਿੰਘ ਜੀ ਜੋ ਕਿ ਸਤਿਕਾਰ ਸਭਾ ਹਰਿਆਣਾ ਤੋਂ ਉਹ ਵੀ ਜਥੇ ਸਮੇਤ ਇੱਥੇ ਪਹੁੰਚੇ ਨੇ। ਹੋਰ ਸਾਰੇ ਜਿੰਨੇ ਵੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਪੰਚ ਪ੍ਰਧਾਨੀ ਏਕਨੂਰ ਖਾਲਸਾ ਸਾਰੀਆਂ ਜਥੇਬੰਦੀਆਂ ਨਾਲ ਸਹਿਯੋਗ ਨਾਲ ਇਹ ਜੋ ਕਾਰਜ ਆਰੰਭਿਆ ਗਿਆ ਇਹਨੂੰ ਸਫਲ ਬਣਾਵਾਂਗੇ। ਅੱਗੇ ਵਾਸਤੇ ਜੋ ਪ੍ਰੋਗਰਾਮ ਲਿਖਿਆ ਜਾਵੇਗਾ ਅਸੀਂ ਡਟ ਕੇ ਉਹਨਾਂ ਦਾ ਹਮਾਇਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਸੂਰਤ ਸਿੰਘ ਮਰਜੀਵੜਾ ਜਿਹੜਾ ਅੱਜ 135 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ 'ਤੇ ਬੈਠਿਆਂ ਨੂੰ ਉਹਨਾਂ ਬੰਦੀ ਸਿੰਘਾਂ ਵਾਸਤੇ ਜਿਨ੍ਹਾਂ ਨੂੰ ਜ਼ਿੰਦਗੀ ਲੰਘ ਗਈ ਜੇਲ੍ਹਾਂ ਦੇ ਵਿੱਚ ਅਤੇ ਸਰਕਾਰ ਰਿਹਾ ਨਹੀਂ ਕਰ ਰਹੀ ਸਰਕਾਰ ਦੀ ਖੋਟੀ ਨੀਤ ਵਾ। ਅੱਜ ਸਿੱਖ ਸੰਗਤਾਂ ਨੇ ਆਣ ਕੇ ਜੋ ਮੁੱਖ ਰੇਲਵੇ ਟਰੈਕ ਆ ਆਪਣਾ ਅੰਮ੍ਰਿਤਸਰ ਦਿੱਲੀ ਮਾਰਗ ਉਹਨੂੰ ਅੱਜ ਜਾਮ ਕਰ ਦਿੱਤਾ ਵਾ। ਇੱਥੇ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਹੜ੍ਹ ਆਇਆ ਹੋਇਆ ਵਾ ਅਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਵਾ ਕਿ ਸਮੁੱਚਾ ਪੰਥ ਇੱਥੇ ਪਹੁੰਚਿਆ ਹੋਇਆ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਥਾ ਮੇਰੇ ਨਾਲ ਖੜ੍ਹੇ ਹਨ ਭਾਈ ਨਰਵੈਰ ਸਿੰਘ ਅਤੇ ਬਾਬਾ ਦਲੇਰ ਸਿੰਘ ਜੀ ਖੇੜੀ ਸਾਹਿਬ ਵਾਲੇ ਜਿਨ੍ਹਾਂ ਦਾ ਜਥਾ ਉਹ ਵੀ ਮੇਰੇ ਨਾਲ ਖੜ੍ਹੇ ਹਨ। ਸਾਡੇ ਸੂਰਮੇ ਯੋਧੇ ਜਿਨ੍ਹਾਂ ਨੇ ਸੂਰਜਮਣੀ ਨੂੰ ਗੱਡੀ ਚਾੜਿਆ ਜਿਹਨਾਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਹੈ ਗੁਰਸੇਵਕ ਸਿੰਘ ਢੂਲਕੋਟ ਉਹ ਵੀ ਸਾਡੇ ਨਾਲ ਖੜ੍ਹੇ ਹਨ ਅਤੇ ਸਮੁੱਚਾ ਪੰਥ ਬਾਪੂ ਆਪਣਾ ਮਹਿੰਦਰ ਸਿੰਘ ਸ਼ਹੀਦ ਦੇ ਪਿਤਾ ਭਾਈ ਹਰਿਮੰਦਰ ਸਿੰਘ ਜੀ ਦੇ ਡੱਬ ਵਾਲੀ ਦੇ ਜਿਹੜੇ ਝੂਠੇ ਸੌਦੇ ਵਾਲਿਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਸਨ ਉਹਨਾਂ ਦੇ ਪਿਤਾ ਜੀ ਵੀ ਮੇਰੇ ਨਾਲ ਖੜ੍ਹੇ ਹਨ। ਬੜੀ ਖੁਸ਼ੀ ਦੀ ਗੱਲ ਅੱਜ ਭਾਈ ਅਮਰੀਕ ਸਿੰਘ ਜਨਾਲਾ ਅਤੇ ਹੋਰ ਜਥੇਬੰਦੀਆਂ ਅਤੇ ਆਪਣਾ ਹੋਰ ਜਿੰਨੇ ਵੀ ਮਹਾਂਪੁਰਸ਼ ਪੰਥਕ ਸੇਵਾ ਲਹਿਰ ਦੇ ਅਤੇ ਹੋਰ ਵੀ ਜਿੰਨੇ ਆਪਣੇ ਜਿਸ ਤਰ੍ਹਾਂ ਦਲ ਖਾਲਸਾ ਵਾਲੇ ਆ ਸਿਮਰਜ ਸਿੰਘ ਮਾਨ ਦਲ ਪੰਚ ਪ੍ਰਧਾਨੀ ਸਮੁੱਚਾ ਹੜ ਆ ਗਿਆ ਸਿੱਖ ਸੰਗਤਾਂ ਦਾ। ਤੁਸੀਂ ਵੇਖ ਰਹੇ ਜੋ ਐਂ ਟਰੈਕ ਜਾਮ ਹੋਇਆ ਪਿਆ ਵਾ ਰੇਲਵੇ ਲਾਈਨ ਅਤੇ ਮੈਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਵਾਂ ਕਿ ਸਰਕਾਰ ਹਜੇ ਵੀ ਹੋਸ਼ ਵਿੱਚ ਆ ਜਾਵੇ ਅਤੇ ਉਹ ਮੌਕਾ ਸੰਭਾਲ ਲਵੇ ਅਤੇ ਜੋ ਬਾਪੂ ਜੀ ਦੀਆਂ ਮੰਗਾਂ ਹਨ ਬਾਪੂ ਸੂਰ ਸਿੰਘ ਦੀਆਂ ਮੰਗਾਂ ਨੂੰ ਮੰਨ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਵੇ ਅਤੇ ਪੰਥ ਦੀ ਜਿੱਤ ਵਾਜਦੇ ਵਿੱਚ ਕਿਉਂਕਿ ਬਾਪੂ ਸੂਰਤ ਸਿੰਘ ਬਿਲਕੁਲ ਅਡੋਲਤਾ ਦੇ ਵਿੱਚ ਹਨ ਉਹ ਡੋਲਣਗੇ ਨਹੀਂ ਉਹਨਾਂ ਸ਼ਹੀਦੀ ਪ੍ਰਾਪਤ ਕਰ ਲੈਣੀ ਹੈ ਅਤੇ ਫਿਰ ਜਿਹੜਾ ਕੋਈ ਵੀ ਪੰਜਾਬ ਦੇ ਵਿੱਚ ਜਾਂ ਸੈਂਟਰ ਸਰਕਾਰ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਨੂੰ ਧੱਕਾ ਲੱਗਦਾ ਵਾ ਅਸੀਂ ਸ਼ਾਂਤੀ ਦੇ ਪ੍ਰਤੀਕ ਹਾਂ ਸ਼ਾਂਤੀ ਚਾਹੁੰਦੇ ਹਾਂ ਪਰ ਸ਼ਾਂਤੀ ਸਰਕਾਰ ਵੱਲੋਂ ਭੰਗ ਕੀਤੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਉਹ ਸ਼ਾਂਤੀ ਬਣਾਈ ਰੱਖੇ ਅਤੇ ਹਾਲਾਤਾਂ ਨੂੰ ਵਿਗੜਨ ਨਾ ਦੇਵੇ ਅਤੇ ਬਾਪੂ ਜੀ ਦੀਆਂ ਮੰਗਾਂ ਮੰਨ ਕੇ ਸਿੰਘਾਂ ਨੂੰ ਰਿਹਾਅ ਕਰਕੇ ਉਹਨਾਂ ਦੇ ਘਰਾਂ ਵਿੱਚ ਭੇਜ ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
वाहिगुरु जी खालसा वाहिगुरु जी की फतेह। साड़ी प्यारी साध संगत जी, असी तो 1971 तो पहला दे ही इन्हां दे नाल जुड़े हुए सी, पर इन्हां ने जो कुछ कौम नाल धक्का करते हैं, जो कुर्सियां थिया जांदियां बेअंत धक्का करते हैं, फिर पिछलियां नूं भुल जांदे आ। हुण 1971 वालियां नूं किसी नूं इन्हां दा चेता नहीं भी 1971 च इन्हां ने जेलां कट्टियां है, पांच वारी मुख्यमंत्री बन गए, उदों न्यू टिकी है इन्हां दी। तो इस वास्ते असीं सरकारां नूं बेनती करते हाँ भी ये मौका संभाल लैन। बापू सूरत सिंह शहीद होण दे जमा कंडे ते होया खड़ा, सच्चे पातशाह नूं तंदुरुस्ती देवे, हरमदान फतेह बख्शे, कौम नूं समत बख्शे वाहिगुरू। असीं इन्ना की कहिंदे खिमा दे जाचका, वाहिगुरू जी का खालसा वाहिगुरू जी की फतेह। श्री अकाल। बापू सूरत सिंह खालसा जिंदाबाद। बादल सिंह जिंदाबाद। बंदी सिंह रिहा करो। बंदी सिंह रिहा करो। जबरदस्त पै रहा मीह खड़े हो के ये अपना प्रोटेस्ट कर रहे हैं। गल करूँगा सरदार जसकरण सिंह जी कान सिंह वाले, जो श्रोमणी अकाली दल अमृतसर के जनरल सकत्तर हैं। सब तो पहला फतेह साहब पाऊँगा, भाई साहब जी वाहेगुरू जी का खालसा वाहेगुरू जी की फतेह। भाई साहब जिस तरह आप तेरे वंगार मार्च कढ़े,
पहला अपना श्री अमृतसर साहब अकाल तख्त साहब तो, दूसरा केसगढ़ साहब तो, तीसरा दमदमा साहब तो दो प्रोजेक्ट किए आप मोहाली से एक फतेहगढ़ साहब किया आ छेवं अज आप 31 मई को रेलगड्डिया रोकिया तो उस बारे की कहना चाहते सब तो पहला सिख चैनल देशों विदेशों में वसते सिखा वाहेगुरू जी का खालसा वाहेगुरू जी की फतेह अज बापू सूरत सिंह खालसा जेड़े सिख कौम के आजादी घलाटी है जिन्होंने सिख कौम की लड़ाई लड़ी है ये जेड़े साढ़े खालिस्तानी कैदी है इन्हों की लड़ाई ना वट की सी ना बन्ने की सी ना ये लड़ाई इन्ह की कोई अपने घर की सी ना इन्हों की लड़ाई रेत की खड्ड की सी लड़ाई इन्हों की कौम की सी इन्ह कौम की लड़ाई के अपन जिंदगी इन्होंने लाइया ये हिंदुस्तान सरकार जिन्हें पहला साडा दरबार साहब ढाया साडियां तियां भैणां दियां बेपतियां अज मोदी सरकार भी साडी कौम नूं ये बिलकुल ये गुलाम कर कर रखना चाहती है जेडे भी रिहाइया के संबंध के असी मार्च दिते सी असी इन्हां दे प्रोटेस्ट किए सी पूरे सफल होए अज रेल रोको प्रोग्राम जिहड़ा अज इत्थे जलंधर की धरती से पूरी सिख जथेबंदी ने इकट्ठे होकर किया पूरा सफलतापूर्वक होया असी कोई जिहड़े सिर फिखे सिर फिरे सिख नहीं गए असी सूझवान सिख हैं असी पूरी सोच रखते हैं सानू अणख भी पता सानू गैरत भी पता है इस करके असी ये दुनिया च विखाउणे चाहुणा अज सिख कौम पूरी तरह गुलाम है जिहड़े सिंघां ने अपनियां पहलां तां गैर कानूनी ढंग दे नाल सज़ा दित्ते आईआं जे सज़ा दित्ती गईआं सज़ा तो बाद जो उन्होंने सज़ा पूरियां कर लईआं उन्हां दीआं अज उन्हां नूं रिहा नहीं किया गया संविधान की धारा 14, 19, 21 उहदे मुताबक हरेक सिख नूं हक आ प्रोटेस्ट कर सकदा है धरना ला सकदा है अपने हकों की मंग कर सकदा है पर इन्हां ने कानून दीआं धज्जियां डा के साडे नौजवानों नूं जेलां दे विच डक के रखे है जिस लई बापू सूरत सिंह भुख हड़ताल से बैठ के एक कौम नूं जगा रहे हैं इस करके अज सिख कौम पूरी तरह गुलाम है जिन्ना चिर सिख कौम का अपना घर आजाद सिख खालिस्तान नहीं बनता उन्ना चिर सिख कौम नूं कुछ नहीं मिलने वाला ये तो साढ़े एक पड़ा है पड़ा दर असी चढ़ रहे हैं संत जरनैल सिंह जी खालसा भिंडर वाले उन्होंने बहुत वड्डी लड़ाई लड़ी है सरदार सिमरनजीत सिंह मान जिन्होंने DAG का अहुदा छड़ के 5 साल भागपुर की जेल के रह के एक कौम नूं बहुत अज आजादी वल जा रहे हैं वो इस वेले जेरेलाज हस्पताल च है उन्होंने इत्थे पार्टी वालों मेरी ड्यूटी लाई सी इस करके सारी समुची जथेबंदी अपने डरौली साहब है खख साहब है पूरी सारी जथेबंदी इत्थे पहुंची हुई है होर भी सारिया जथेबंदियों दीआं सिंघ इत्थे पहुंचे हुए है पर एक गल भी है जिहड़े जिहड़े साडे अज सिंघ इस प्रोटेस्ट कर रामा मंडी होर PAP चौंक किए अज इत रोह के नाल पूरा जबर करके प्रशासन तो मना के वो जोड़े सारे साढ़े सिंह जोड़ा पीसफुली धरना दे रहे थे वो सारे असी सिखा ने कट्ठे होकर रिहा करा रहे हैं ये भी सिख कौम के लिए खुशी की गल है अखीर दे मैं समुची कौम को पिंड वसदे सिखा शहरों सारिया कौम तो उठे जिन्हों मनुखता ना प्यार है जिन्हों मनुखता ना हमदर्द है ये इस संघर्ष के हिस्सा पा के पार्टी बजी तो उठ उठ के कौम की आजादी लिए कर मैं गल करूँगा गुरप्रीत गुरु जी सब तो पहले फतेह साहब पाऊंगा वाहेगुरू जी का खालसा वाहेगुरू जी का खालसा वाहेगुरू जी की फतेह जी भाई साहब पहला 3 वंगार मार्च आप कटे तो आ दो प्रोजेक्ट किए फतेहगढ़ साहब तो एक किया मोहाली तो आज जो है वा ये 6वां जिहड़ा आपां रेल रोको अंदोलन है तो इस बारे तुसीं की कहना चाहते जिहड़ा इस तो पहला पिछे मोहाली जिहड़ा अंब साहब प्रोटेस्ट होया सी तो उस तो बाद जिहड़ा ये अज प्रोटेस्ट होया इहदे नाल कुछ जिहड़ी सरकार आ जागी हैगी आ तो जिहड़ा ये आ ये 11 दिन बाद ये रेल रोकण दा अंब साहब तो बाद 20 तरीक तो बाद 31 तरीक नूं दित्ता गया जे यही थोड़ा पहला दिता जाता तो हुण तक संघर्ष होर ज़्यादा तेज़ हो गया हुंदा तो पर फिलहाल अज फिर भी काफ़ी जिहड़ी संगत आ इत्थे पहुंची आ इत्थों पहले कि जिहड़ा कैंट जलंधर कैंट रोकिया जाना सीगा रेलों नूं तो प्रशासन ने सारा अपना जोर उत्थे लगा दिता क्योंकि उन्होंने इदा सी भी सिंघ आउणगे कैंट तो उत्थे उन्होंने स्टेशन के अंदर दाखिल नहीं होण दिता जाऊगा पर जलंधर शहर के सिंघ इकट्ठे हुए तो उस तो बाद जलंधर जिहड़ा शहर का रेलवे स्टेशन आ उत्थे ये रेलां रोकिया गईआं तो 2 घंटे रेलां रोकिया जाणियां 12 to 2 बजे तक धन्यवाद वाहेगुरु जी खालसा वाहेगुरू हाँ जी बाबा जी वाहेगुरू जी का खालसा वाहेगुरू वाहेगुरू जी की फतेह जी अज रेला रोका संघा ने तो इस बारे की कहना चाहते असी ये कोई पब्लिक नूं तंग करन वास्ते रेलां नहीं रोकियां जो सरकारां सुत्तियां पईआं आ जो साडे सिंघ सजावां कट चुके ने कोई 20 साल सज़ा भुग चुका आ कोई 25 साल तो जेलां च बंद आ उन्हां सिंघां नूं रिहा करन सरकारां
इस संबंध च ये रेलां रोकिया गई कि सुती जी सरकार है वह जाग पवे तो सिंह जे सजावं कट चुके आ वो जेलों चो रहा हो शांतमई ढंग साडिया जरत मन लैन। बापू सूरत सिंह जी अज उन्होंने 136 दिन हो चुके हैं भुख हड़ताल से बैठे बड़े शांतमई ढंग पर जो इन्होंने शांतमई ढंग नहीं कोई भी साड़ी दलील अपील मनी हूँ अखीर असी रेलों रोकिया आ तो जा असी चक्के जाम कर रहे हैं इन्हों तो परेशान हो के सरकारा तो यह सानू सरकार जी इंसाफ नहीं दे रही सानू इंसाफ चाहिए आ असी सारे बाहरले देशों सिख संगतों भी बेनती करते हैं तो बाहरलिया सरकार भी कहने कि इन्हें दबाव बने और सिख कौम इंसाफ मिले सिंह जेलों में रहा होन होर साडी कोई किसी ने लड़ाई नहीं आ। वाहिगुरू जी का खालसा वाहिगुरू जी की फतेह। बंदी सिंघां दी रिहाई वास्ते जो धर्मयुद्ध मोर्चा लगा हुआ आ बापू सूरता सिंह जो मरण वास्ते बैठे हुए ने जिहड़े हर रोज़ शहादत दे वल वध रहे ने उन्हां दी किसे वेले भी शहादत की खबर आ सकती आ ते उस संघर्ष नूं तेज़ करन वास्ते पहला श्री खालसा साहब तो मार्च कढ़िया गया सी उस तो बाद श्री आनंदपुर साहब तो ते उस तो बाद श्री दमदमा साहब तो मार्च बहुत तगड़े बड़े वड्डे रूप च आया सी पंजाब दे जिन्ने भी पंथक जथेबंदियां ने संत समाज आ सारे धर्मयुद्ध मोर्चे च कुद पिया आ शो कौम ने पहला भी संघर्ष लड़िया सी हुण भी कौम संघर्ष लड़ रही आ जिन्ना चिर सजावं कट चुके सिंह जेलों चो रिहा नहीं हुंदे ये संघर्ष जारी रहेगा। सेंटर सरकार पंजाब सरकार ये मत सोचे कि बापू सूरतां चढ़ाई कर जाएगा तो यह संघर्ष खत्म हो जाएगा क्योंकि साढ़े कोल होर काफ़ी ना आ चुके ने जिहड़े कि इस बापू जी दे मोहरों तैयार बार तैयार आ। सो गुरु प्यारिओ देशां विदेशां विच वसदे गुरु खालसा जी और इस धर्मयुद्ध मोर्चे में वध तों वध अपना योगदान जिस तरीके पा सकते उस तरीके पाओ इतों इतों तक बस नहीं क्योंकि पंजाब सरकार ने जिदे कांग्रेस भी बराबर ही जिम्मेवार आ इन्होंने पंजाब की जवानी तो किसानी बर्बाद कर दी आ जिहड़ा नशे का वहन है वह पंजाब वह चुका आ जो सारा पंजाब का सरमाया हड़प कर गए ने पंजाब जिहड़ा आ वह बर्बादी के कंढे उत्ते लिया खड़ा कर दिता आ। इस करके गुरु प्यारे खालसा जी हो बड़े वड्डा इनकलाब हुण लियाउण दी लोड़ आ तगड़े होके हंबड़ा मारो तो पंजाब नवा इनकलाब स्थापित करो। वाहेगुरू जी का खालसा वाहेगुरू जी की फतेह। अज का यह संघर्ष बापू सूर सिंह जी खालसा वालों जो हसनपुर नगर के भुख हड़ताल शुरू की गई है बंदी सिंघां दी रिहाई वास्ते चरम सीमा ते पहुँच चुका वक् वक् समयां दे विच वक् वक् तरीके दे नाल प्रचार किया लोगों नूं लामबंद किया और जो संघर्ष कमेटी ने अज दा इह प्रोग्राम दिता सी रेल रोकू प्रोग्राम वह अज जलंधर सिटी शहर दे विच रेलां रोकियां गईयां 12 बजे तो लैके जाम लाया होया और 2 बजे तक चलेगा। बहुत वड्डी मात्रा विच संगतां पहुंचियां संत महापुरख धार्मिक जथेबंदियां राजनीतिक जथेबंदियां सारिया ने वध चढ़ के हिस्सा लिया है और असी होर भी अपील करांगे जिहड़े गुरमुख प्यारे दूरदर्शन के राही वेख रहे ने कि आओ इस संघर्ष का हिस्सा बनीए तां जो साडे वीर जिहड़े 20-25 सालों तो जेलां का कूड़ा बने हुए ने उन्हां नूं रिहाई दवा सकीए उन्हां दे हक उन्हां नूं दवा सकीए अपने परिवारों में आ के अपना वधिया असर रसूख रख सकन। संत बाबा बलजीत सिंह जी दादू साहब वाले महापुरख पंथक सेवा लहरदास बाबा प्रदीप सिंह चांदपुरा होर भी संगतां जिन्नियां भी आईयां ने सब का बहुत बहुत धन्यवाद। और जे सरकार ने इस गल का कोई असर ना किया उहदे कन्नां ते जू ना सरकी ते असी इस तों भी वड्डा प्रोग्राम दे के पंजाब दा दिल्ली नालों लिंक तोड़ देवांगे जिन्हें भी फास्ट ट्रैक रेल ट्रैक ने वो जाम किए जाएंगे ना पंजाब विचों कोई रेल बाहर जाएगी तो ना पंजाब दे कोई विच आएगी। असी उम्मीद रखते हैं कि सरकार इस गल वल तवज्जो देवेगी और अज का यह अंदोलन बहुत वधिया सफल अंदोलन होया है। उम्मीद करते हैं कि सरकार के बोले कन्नां तक ये आवाज़ पहुँच जाएगी जिन्हिया भी संगतां वध चढ़ के पहुँचियां ने सारियां दा धन्नवाद और जिन्हां ने साथ दिता उन्हां दा धन्नवाद और जदों तक बंदी सिंह जेलां चों रिहा नहीं हो जाते ये संघर्ष जारी रहेगा। वाहिगुरू जी का खालसा वाहिगुरू जी की फतेह।